ਦੁਕਾਨ 'ਚ ਵੜ ਕੇ ਤਲਵਾਰਾਂ ਨਾਲ ਵੱਢਿਆ ਨੌਜਵਾਨ, ਸ਼ਰੇਆਮ ਗੁੰਡਾਗਰਦੀ, ਸੀਸੀਟੀਵੀ 'ਚ ਹੋਈ ਕੈਦ। ਆ ਦੇਖ ਲਓ ਇਹਨਾਂ ਬਦਮਾਸ਼ਾਂ ਨੂੰ, ਕਾਨੂੰਨ ਦਾ ਭੋਰਾ ਵੀ ਖੌਫ ਨਹੀਂ ਰਿਹਾ ਇਹਨਾਂ ਨੂੰ। ਦੁਕਾਨ 'ਚ ਵੜ ਕੇ ਇਹਨਾਂ ਦੇ ਵੱਲੋਂ ਇਸ ਨੌਜਵਾਨ 'ਤੇ ਸ਼ਰੇਆਮ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਇਹ ਗੰਭੀਰ ਜ਼ਖਮੀ ਹੋ ਜਾਂਦਾ ਤੇ ਹਮਲਾਵਰ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੂੰ ਦੁਕਾਨ ਦੇ ਵਿੱਚ ਤਲਵਾਰਾਂ ਦੇ ਨਾਲ ਵੱਢਿਆ ਗਿਆ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਹਮਲਾਵਰ ਕੈਦ ਵੀ ਹੋਏ ਨੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੇਜ਼ ਧਾਰ ਹਥਿਆਰ ਹੁੰਦੇ ਨੇ ਤੇ ਇਹਨਾਂ ਦੇ ਵੱਲੋਂ ਹਮਲਾ ਕਰਕੇ ਇਸ ਨੌਜਵਾਨ ਦੇ ਹੱਥ ਨੂੰ ਵੱਢਿਆ ਜਾਂਦਾ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਜ਼ਖਮੀ ਹਾਲਤ ਦੇ ਵਿੱਚ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਸੰਬੰਧੀ ਪਰਿਵਾਰ ਨੇ ਦੱਸਿਆ ਕਿ ਹਾਲੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਪੁਲਿਸ ਨੇ ਇਸ ਸੰਬੰਧੀ ਕਿਹਾ ਕਿ ਮੈਡੀਕਲ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਹਮਲਾਵਰਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਦੱਸ ਦਈਏ ਕਿ ਹਮਲੇ ਦੇ ਪਿੱਛੇ ਹਾਲੇ ਤੱਕ ਕੀ ਵਜ੍ਹਾ ਸੀ ਇਸ ਦਾ ਪਤਾ ਨਹੀਂ ਲੱਗ ਪਾਇਆ, ਪਰ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਸਰ, ਮੈਂ ਸਵੇਰੇ ਆਪਣੀ ਦੁਕਾਨ ਖੋਲ੍ਹੀ ਆ, ਆ ਕੇ ਦੁਕਾਨ 'ਤੇ ਬੈਠਾ ਵਾਂ ਅਤੇ ਮੈਂ ਆਪਣੀ ਜੋਤ ਜੋਤ ਜਗਾ ਕੇ ਦੁਕਾਨ ਖੋਲ੍ਹ ਕੇ ਬੈਠਾ ਹੀ ਅਜੇ, ਅਤੇ 9:30 ਦੀ ਗੱਲ ਆ, 3 ਜਣੇ ਆਏ ਆ, ਇੱਕੋ ਦਮ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਕੋਈ ਬਾਤ ਨਹੀਂ ਕੀਤੀ, ਸਿੱਧਾ ਆ ਕੇ ਦਾਤਰ ਮਾਰ ਕੇ ਅਤੇ ਮੈਂ ਆਪਣੇ ਬਚਾਉਣ ਵਾਸਤੇ ਆਪਣੇ ਅੰਦਰ ਵੜ ਗਿਆ ਹੁਣ। ਮੈਂ ਪਿੱਛੇ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਉਹ ਆ ਨਹੀਂ ਪਾਏ, ਗੱਡੀ ਲੱਗੀ, ਗੱਡੀ ਦੇ ਕਰਕੇ ਉਹ ਲੰਘ ਨਹੀਂ ਪਾਏ, ਮੈਂ ਲੰਘ ਗਿਆ ਵਾਂ, ਉਹਨਾਂ ਦੇ ਪਿੱਛੇ ਮੈਂ ਭੱਜੇ ਵੀ ਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਡੂੰਘਾ ਜ਼ਖਮ ਪਾ ਗਏ ਆ, ਨਾਲੀਆਂ ਹੀ ਵੱਢੀਆਂ ਗਈਆਂ ਵਾ। ਹਾਂਜੀ, ਮੈਂ ਰੈਂਟ 'ਤੇ ਰੱਖੇ ਸੀ ਆਪਣੀ ਮੀਆਂ ਬੀਬੀ, ਜਾਂਦੇ ਜਾਂਦੇ ਮੈਨੂੰ ਫਿਰ ਕਹਿ ਕੇ ਗਏ ਹੁਣ 2000 ਨਾ ਮਾਰਨਾ, ਜਾਨੋ ਮਾਰਨਾ ਤੈਨੂੰ। ਹਾਂਜੀ, ਪੁਲਿਸ ਕੰਪਲੇਂਟ ਕੀਤੀ, ਕੋਈ ਸੁਣਾਈ ਨਹੀਂ ਕਰਨ ਦੀ, ਕੋਈ ਨਹੀਂ ਦੇਣ ਦੇ ਜਵਾਬ, ਉਹਨਾਂ ਰੋਜ਼ ਜਾਈਦਾ, ਕੋਈ ਜਵਾਬ ਨਹੀਂ ਦੇਣ ਦੇ। ਸਾਡਾ ਤਾਂ ਬੇਟਾ ਕੋਈ ਕਸੂਰ ਹੀ ਨਹੀਂ ਹੈਗਾ, ਇਹ ਮੇਰਾ ਪੁੱਤ ਕਮਾਈ ਕਰਨ ਉਹਨੇ ਇਹਨਾਂ ਦੀ ਮਾਰ ਕੇ ਨਾ ਆਪਦੀ ਕਿ ਨਾ ਦੁਸ਼ਮਣੀ ਲਾ ਕੇ ਕੋਈ ਗੱਲ ਕਿਹੜੇ ਲੜਕਿਆਂ ਨੇ ਮਾਰਿਆ ਤੁਹਾਡੇ ਮੁੰਡੇ? ਇਹ ਮੁੰਡਾ ਇੱਥੇ ਸਾਡੇ ਰੈਂਟ 'ਤੇ ਰਹਿੰਦਾ ਸੀ, ਅਸੀਂ ਤਾਂ ਉਹਨੂੰ ਪੁੱਤਰਾ ਮੰਗ ਦੀ ਦੱਸਦੇ, ਪੁੱਤਰਾ ਦਾ ਉਹ 'ਚ ਕੋਈ ਕਸੂਰ ਨਹੀਂ, ਉਹਦੇ ਘਰ ਦੇ ਵਿੱਚ ਨਾ ਕਦੀ ਅਸੀਂ ਇੰਟਰਫੇਅਰ ਕੀਤੀ, ਧੀ ਧੀ ਪੁੱਤ ਪੁੱਤ ਕਰਕੇ ਦੱਸਦੇ, ਸਾਨੂੰ ਤਾਂ ਖੁਦ ਨਹੀਂ ਪਤਾ ਲੱਗਾ ਪੁੱਤਰ ਕੀ ਉਸ ਕੁੜੀ ਨੇ ਕੀਤਾ ਕੀ ਨਹੀਂ ਕੀਤਾ, ਪਰ ਅਸੀਂ ਤਾਂ ਕੋਈ ਦੋਸ਼ੀ ਨਹੀਂ ਹੈਗੇ, ਤੇ ਦੀਦੀ ਦੀਦੀ ਕਰਕੇ ਮੇਰੇ ਬੱਚੇ ਜਿਹਨੂੰ ਮਰਜ਼ੀ ਪੁੱਛ ਲਓ, ਮੇਰੇ ਬੱਚੇ ਇੰਨੇ ਲਾਇਕ ਸੀ, ਕਦੀ ਕਿਸੇ ਦੇ ਨਾਲ ਉੱਚੀ ਗੱਲ ਨਹੀਂ ਕਰਦੀ, ਮੇਰਾ ਪੁੱਤ ਕਮਾਈ ਕਰਨ ਵਾਲਾ ਮੰਜੇ ਜਿਹੜੀਆਂ ਸਾੜੀਆਂ ਨਾੜੀਆਂ ਵੱਡੀਆਂ ਗਈਆਂ ਮੁੰਡੇ ਵੀ ਮੁੰਡਾ ਮੇਰਾ ਪਿਓ ਬਿਮਾਰ ਹੈ, ਉਹ ਮਿਹਨਤ ਕਰਕੇ ਹੀ ਰੋਟੀ ਖਾਣੀ, ਉਹ ਹੀ ਅੱਜ ਮੂੰਹ 'ਚ ਰੋਟੀ ਖਾਤੀ, ਪਤੀ ਕੋ ਗਏ ਤੁਸੀਂ? ਪੁਲਿਸ ਕੋਲ ਗਏ ਅਜੇ ਕੋਈ ਸੁਣਵਾਈ ਨਹੀਂ ਹੋਈ, ਮੇਰਾ ਪੁੱਤ ਤਾਂ ਮੰਜੇ 'ਤੇ ਪੈ ਹੀ ਗਿਆ, ਮੇਰਾ ਦੋਸ਼ੀ ਹੈ, ਉਹਨੀਆਂ ਸਾੜੀਆਂ ਨਾੜੀਆਂ ਵੱਡੀਆਂ ਹੈਗੀਆਂ, ਇਸ ਤੋਂ ਬਾਅਦ ਸਰਕਾਰ ਤੋਂ ਕੀ ਇਨਸਾਫ ਮੰਗਦੇ? ਕਹਿੰਦੇ ਹੈਗੇ ਜਿਸ ਤਰ੍ਹਾਂ ਵੀ ਹੁੰਦਾ। ਅੱਜ ਜਾਗਦਾ ਜ਼ਮੀਰ ਦੀ ਜਿਹੜੀ ਟੀਮ ਹੈ ਇੱਥੇ ਇੱਕ ਮੁੱਦੇ 'ਤੇ ਆਈ ਹੈ, ਮੁੱਦਾ ਹੈ ਗੁੰਡਾਗਰਦੀ ਦਾ, ਮੁੱਦਾ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਔਰ ਬੜੇ ਸ਼ਰਮ ਦੀ ਗੱਲ ਹੈ ਵੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੁੰਭਕਰਨ ਦੀ ਨੀਂਦ 'ਤੇ ਸੁੱਤਾ ਹੈ। ਕੋਈ ਬੱਚਾ ਸ਼ਹੀਦਾਂ ਸਾਹਿਬ ਮੱਥਾ ਟੇਕਣ ਜਾਂਦਾ ਹੈ ਅਤੇ ਜੇਕਰ ਉਹ ਰਣਜੀਤ ਹੈ ਉਹਨੂੰ ਗਲਤੀ ਨਾਲ ਚੱਲ ਜਾਂਦਾ ਤਾਂ ਝੂਠੇ ਪਰਚੇ ਪੁਲਿਸ ਕਰ ਦਿੰਦੀ ਹੈ। ਔਰ ਇਸ ਬੱਚੇ ਦੇ ਰਾਹੁਲ 'ਤੇ ਅੱਜ ਹਮਲਾ ਹੋਏ ਨੂੰ ਕਿੰਨੇ ਦਿਨ ਹੋ ਗਏ ਆ, ਮੈਡੀਕਲ ਵੀ ਆ ਗਿਆ, 14 ਦਿਨ ਹੋ ਗਏ ਆ, 14 ਤਰੀਕ ਦਾ ਹਮਲਾ ਹੋਇਆ,
ਤੇ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਰੇ ਸਬੂਤ ਸਭ ਕੁਝ ਇਹਨਾਂ ਦੇ ਨਾਲ ਹੈ, ਸੀਸੀਟੀਵੀ ਦੀ ਫੁਟੇਜ ਵੀ ਦੇ ਦਿੱਤੀ ਗਈ ਹੈ। ਇਹਨਾਂ ਦੇ ਘਰ ਕੁਝ ਲੋਕ ਆਏ ਤਿੰਨ, ਉਹਨਾਂ ਆਉਂਦੇ ਇਹਨਾਂ ਦੇ ਹਥਿਆਰਾਂ ਨਾਲ ਹਮਲਾ ਕਰਤਾ, ਅੱਗੇ ਆਪਣੀ ਜਾਨ ਬਚਾਉਣ ਨੂੰ ਭੱਜੇ, ਪਰ ਉਹਨਾਂ ਨੂੰ ਤਰਸ ਨਾ ਆਇਆ ਨਿਰਦਈਆਂ ਨੂੰ। ਉਹਨਾਂ ਇਹਦੀ ਜਿਹੜੀ ਬਾਂਹ ਉਹ ਵੜਤੀ, ਇਹਦੀਆਂ ਨਾੜੀਆਂ ਵੱਡੀਆਂ ਗਈਆਂ, ਮੈਡੀਕਲ ਕਰਾਇਆ, ਸਭ ਕੁਝ ਹੋਇਆ। ਪੁਲਿਸ ਪ੍ਰਸ਼ਾਸਨ ਕੁੰਭਕਨ ਦੀ ਨੀਂਦ ਸੁੱਤਾ ਹੈ। ਗੁੰਡਾਗਰਦੀ ਦਾ ਨੰਗਾ ਨਾਚ ਕਰਨ 'ਚ ਪੁਲਿਸ ਦੀ ਮੁੱਖ ਭੂਮਿਕਾ ਹੁੰਦੀ ਹੈ। ਉਹ ਪੁਲਿਸ ਜਿਹੜੀ ਹੈਗੀ ਹੈ, ਜਿਹੜੇ ਲੋਕ ਕ੍ਰਿਮੀਨਲ ਹੁੰਦੇ ਆ ਉਹਨਾਂ ਨੂੰ ਸ਼ੈਲਟਰ ਦਿੰਦੀ ਹੈ, ਉਹਨਾਂ ਨੂੰ ਰਸਤੇ ਦਿਖਾਉਂਦੀ ਹੈ, ਔਰ ਇਹਦੇ ਨਾਲ ਜਿਹੜੀ ਪੰਜਾਬ ਦੀ ਲਾਅ ਐਂਡ ਆਰਡਰ, ਲਾਅ ਐਂਡ ਆਰਡਰ ਦੀ ਪੋਜੀਸ਼ਨ ਹੈ ਬੜੀ ਖਰਾਬ ਹੋ ਰਹੀ ਹੈ। ਕਿਤੇ ਗੋਲੀਆਂ ਚੱਲਦੀਆਂ, ਕਿਤੇ ਸਨੈਚਿੰਗ ਹੁੰਦੀ ਪਈ ਹੈ, ਕਿਤੇ ਕੁਝ ਹੋ ਰਿਹਾ। ਮੈਂ ਪੰਜਾਬ ਦੇ ਮਾਣਯੋਗ ਭਗਵੰਤ ਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ, ਭਗਵੰਤ ਮਾਨ ਜੀ ਤੁਸੀਂ ਵਧੀਆ ਹੋ, ਤੁਸੀਂ ਵਧੀਆ ਸਰਕਾਰ ਚਲਾ ਰਹੇ ਹੋ, ਅਸੀਂ ਤੁਹਾਡੀ ਸਿਫਤ ਸੁਣੀਏ, ਸਿਫਤ ਕਰਦੇ ਹਾਂ, ਤੁਸੀਂ ਵਧੀਆ ਹੋ। ਪਰ ਜੋ ਕੁਝ ਅੰਮ੍ਰਿਤਸਰ ਵਿੱਚ ਇਸ ਲੜਕੇ ਨਾਲ ਹੋਇਆ ਜਾਂ ਹੋਰ ਘਟਨਾਵਾਂ ਹੋ ਰਹੀਆਂ, ਉਹਦੇ ਪਿੱਛੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਕਿੰਨੇ ਦੇਣੀ ਹੈ? ਮੈਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਜਿਹੜੇ ਕਿ ਇਮਾਨਦਾਰ ਪੁਲਿਸ ਕਮਿਸ਼ਨਰ ਹੈ, ਮੈਂ ਉਹਨਾਂ ਦੀ ਬਹੁਤ ਸਿਫਤ ਸੁਣੀ ਹੈ, ਬਹੁਤ ਵਧੀਆ ਅਫਸਰ ਹੈ। ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ, ਜੇਕਰ ਇਸ ਬੱਚੇ 'ਤੇ ਹਮਲਾ ਹੋਇਆ, ਇਹਦੇ 'ਤੇ ਸਾਰਾ ਕੁਛ ਹੋਇਆ, ਮੈਡੀਕਲ ਆ ਗਿਆ, ਅਤੇ ਐੱਫ ਆਈ ਆਰ ਕਦੋਂ ਹੋਏਗੀ ਕਮਿਸ਼ਨਰ ਸਾਹਿਬ? ਐੱਫ ਆਈ ਆਰ ਕਦੋਂ ਹੋਏਗੀ? ਕੀ ਸਾਡੀ ਪੁਲਿਸ ਕੋਲ ਸਿਰਫ ਝੂਠੀ ਐੱਫ ਆਈ ਆਰ ਕਰਨ ਦਾ ਰਾਈਟ ਹੈਗਾ? ਜਿਹੜੀ ਸੱਚੀ ਐੱਫ ਆਈ ਆਰ ਉਹ ਪੁਲਿਸ ਨਹੀਂ ਕਰਦੀ? ਸ਼ਰੇਆਮ ਜਿਹੜੀ ਪੁਲਿਸ ਹੈ, ਜਨਤਾ ਦੀ ਅੱਖਾਂ ਮਿੱਟੀ ਪਾ ਰਹੀ ਹੈ। ਜਿਹੜੇ ਨਿਰਦੋਸ਼ ਹੁੰਦੇ ਆ, ਜਿਹੜੇ ਬੇਦੋਸ਼ ਹੁੰਦੇ ਆ, ਉਹਨਾਂ ਦੇ ਝੂਠੇ ਪਰਚੇ ਹੋ ਜਾਂਦੇ ਆ, ਅਤੇ ਜਿਹੜੇ ਵਿਚਾਰੇ ਗਰੀਬ ਪਰਿਵਾਰ, ਜਿਹੜੇ ਆਪਣੀ ਰੋਜ਼ੀ ਚਲਾਉਂਦੇ ਹੁੰਦੇ ਆ, ਜਿਹੜੇ ਰੁਜ਼ਗਾਰ ਕਰਦੇ ਹੁੰਦੇ ਆ, ਉਹਨਾਂ ਦੇ ਘਰ ਅੱਗੇ ਹਮਲੇ ਹੁੰਦੇ ਆ, ਔਰ ਸੀਸੀਟੀਵੀ 'ਚ ਵੀਡੀਓ ਵੀ ਆਉਂਦੀ ਹੈ, ਉਹਨਾਂ ਨੂੰ ਕ੍ਰਾਈਮ ਕਰਨ ਵਾਲਿਆਂ ਨੂੰ ਪੁਲਿਸ ਕਦੀ ਵੀ ਨਹੀਂ ਫੜਦੀ, ਕਿਉਂਕਿ ਪੁਲਿਸ ਅਤੇ ਕ੍ਰਾਈਮਨਲ ਲੋਕ ਭਾਈਵਾਲ ਹੈ। ਪੁਲਿਸ ਅਤੇ ਕ੍ਰਿਮੀਨਲ ਲੋਕ ਭਾਈਵਾਲ ਹੈ, ਚੋਰ ਕੁੱਤੀ ਰਲੇ ਹੋਏ ਨੇ, ਮਤਲਬ ਪੰਜਾਬ ਦੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰ ਰਹੇ ਨੇ। ਅਸੀਂ ਕਹਿੰਦੇ ਸਾਂ ਵੀ ਅਕਾਲੀਆਂ ਦਾ ਰਾਜ ਗੰਦਾ ਸੀ, ਅਸੀਂ ਕਹਿੰਦੇ ਹਾਂ ਕਾਂਗਰਸ ਦਾ ਰਾਜ ਗੰਦਾ ਸੀ। ਭਗਵੰਤ ਮਾਨ ਜੀ, ਨਾ ਅਕਾਲੀਏ ਮਾੜੇ, ਨਾ ਕਾਂਗਰਸੀ ਮਾੜੇ, ਨਾ ਕੋਈ ਬੰਦਾ ਮਾੜਾ, ਜੇ ਮਾੜੇ ਤਾਂ ਸਾਡੇ ਅਫਸਰ ਸ਼ਾਹੀ ਮਾੜੀ ਹੈ। ਇਸ ਅਫਸਰ ਸ਼ਾਹੀ ਨੂੰ ਨਕੇਲ ਪਾਓ। ਅਸੀਂ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ 24 ਘੰਟਿਆਂ ਵਿੱਚ ਇਸ ਪਰਿਵਾਰ ਨੂੰ ਸਾਥ ਦਿੱਤਾ ਜਾਏ, ਜਿਹੜੇ ਦੋਸ਼ੀ ਹੈ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਅਤੇ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਦੀਆਂ ਸਾਖਾਂ ਪਿੱਛੇ ਸੁੱਟਿਆ ਜਾਵੇ, ਤਾਂ ਕਿ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਦਾ ਵਿਸ਼ਵਾਸ ਕਾਨੂੰਨ 'ਤੇ ਬਣ ਸਕੇ। ਜੈ ਹਿੰਦ, ਨਮਸਕਾਰ। ਇਹ ਦੁਕਾਨ ਮੈਂ ਸੁਬਹ 9:30 ਵਜੇ ਇਸ ਲੜਕੇ ਨੇ ਯਹਾਂ ਪੇ ਜੋਤ ਜਗਾਈ, ਜੈਸੇ ਕਿ ਜੋਤ ਜਗਾਨੇ ਕੇ ਬਾਅਦ ਯਹਾਂ ਪੇ ਤਿੰਨ ਲੜਕੇ ਆਏ, ਉਹਨਾਂ ਨੇ ਇਨ ਪੇ ਅਟੈਕ ਕੀਆ, ਉਨਕੇ ਹੱਥ ਮੇਂ ਤਲਵਾਰੇ ਥੀ, ਦੇਖੋ ਉਨਕਾ ਹੱਥ ਸਾਰਾ ਕੱਟ ਦਿਆ ਗਿਆ ਹੈ, ਠੀਕ ਹੈ, ਉਨਕੀ ਨਾੜੇ ਹੀ ਬਾਹਰ ਆ ਗਈ ਹੈ, ਠੀਕ ਹੈ, ਦੇਖੋ ਕਿਤਨਾ ਗਲਤ ਕੀਆ ਹੈ, ਬਤਾਓ, ਹਮਾਰੇ ਪੰਜਾਬ ਮੇਂ ਸਰੇਆਮ ਗੁੰਡਾਗਰਦੀ ਹੋ ਰਹੀ ਹੈ ਸਰ, ਸਰੇਆਮ, ਦੇਖੋ ਯੇ ਹੈ ਵੋ ਲੜਕਾ ਜਿਸਨੇ ਇਨ ਪੇ ਹਮਲਾ ਕੀਆ ਹੈ, ਰਾਹੁਲ ਪੇ, ਯੇ ਹੈ ਦੇਖੋ, ਯੇ ਸਰੇਆਮ, ਯੇ ਲੜਕਾ ਸਰੇਆਮ ਘੂਮ ਰਹਾ ਹੈ, ਦੇਖੋ ਇਸ ਪੇ ਕੋਈ ਕਾਰਵਾਈ ਨਹੀਂ ਹੈ, ਉਸ ਲੜਕੇ ਪੇ ਬੇਕਸੂਰ ਪੇ ਕਾਰਵਾਈ ਹੈ, ਉਸਕੇ ਮੰਮੀ ਦੇਖੋ ਕਿਤਨਾ ਰੋ ਰਹੇ ਹੈ, ਵਿਚਾਰੀ ਮਾਂ ਕੇ ਦਿਲ ਪੇ ਕਿਆ ਬੀਤ ਰਹੀ ਹੈ, ਜਿਸਕੇ ਬੇਟੇ ਕੋ ਇਤਨੀ ਬੁਰੀ ਤਰ੍ਹਾਂ ਸੇ ਮਾਰਾ ਗਿਆ, ਉਸਨੇ ਆਪਣੀ ਜਾਨ ਬਚਾ ਲਈ, ਅਗਰ ਉਸੇ ਜਾਨ ਸੇ ਮਾਰ ਦਿੱਤੇ ਤੋ ਫਿਰ ਕਿਆ ਕਰਤੀ ਆਂ ਕੀ ਪੁਲਿਸ, ਬਤਾਓ। ਉਹਦਾ ਮਾਮਲਾ ਹੈਗਾ ਜੀ, ਅਜੇ ਤੋਂ ਮਾਮਲਾ ਸ਼ੱਕੀ ਪਾਇਆ ਜਾਣ ਡਿਆ, ਤੇ ਇਹਨਾਂ ਡਾਕਟਰ ਕੱਟ ਕੇ ਦਿੱਤਾ ਸੀ, ਉਹਦਾ ਰਿਜ਼ਲਟ ਆਉਣਾ ਬਾਕੀ ਆ, ਜੋ ਇਹਨਾਂ ਐਮ ਐਲ ਆਰ ਲਿਆ ਕੇ ਦਿੱਤੀ ਸੀ ਉਹਦੀ ਰਿਪੋਰਟ ਦਰਜ ਕਰ ਦਿੱਤੀ ਗਈ ਹੈ ਉਹਦੇ ਮੁਤਾਬਕ। ਸੀਸੀਟੀਵੀ ਕੈਮਰਾ 'ਚ ਅਜੇ ਉਸੇ ਤੋਂ ਗਾਂਹ ਜਿਹੜਾ ਉਹ ਕੋਈ ਵੀ ਸੁਰਾਗ ਨਹੀਂ ਲੱਗ ਰਿਹਾ, ਜੋ ਵੀ ਸੁਰਾਗ ਸਨ ਇਹਦੇ ਤੱਥ ਸਾਹਮਣੇ ਆਉਣਗੇ, ਬੰਦੀ ਕਾਰਵਾਈ ਕੀਤੀ ਜਾਊਗੀ।